ਸਰ ਅਸੀਂ ਮੋਦੀ ਸਰਕਾਰ ਨੂੰ ਕਹਿੰਦੇ ਆ ਵੀ ਤੂੰ ਰੰਗਜੀਤ ਵਰਗਾ ਨਾ ਬਣੀ ਤੇ ਤੂੰ ਇਹ ਫੈਸਲੇ ਸਹੀ ਕਰ ਇਹ ਪਰਜਾ ਜਿਹੜੀ ਹੈ ਤੇਰੀ ਇਹ ਸੁਖੀ ਵਸੇ ਤੇ ਤੂੰ ਪਰਜਾ ਦੇ ਉੱਪਰ ਰਾਜ ਵੀ ਜਿਹੜਾ ਤੈਨੂੰ ਲੈਣ ਦੀ ਵੋਟਾਂ ਨਾ ਨਾ ਲੋੜ ਪਏ ਪਰਜਾ ਤੈਨੂੰ ਐਂ ਹੀ ਰਾਜ ਦੇ ਦਿਆ ਕਰੇ ਇੱਦਾਂ ਦਾ ਰਾਜ ਕਰ केंद्र सरकार वालों पास किए गए खेतीबाड़ी कानूनों के विरोध में संघर्ष कर रहे किसानों नूं हिमायत करन दे लई पिंड साहिब तो गुरद्वारा श्री निरमोहगढ़ साहिब विखे अरदास करन तो बाद वड्डी गिणती दे विच किसान दिल्ली वल रवाना होए। ट्रैक्टर ट्रालियां ते होर गड्डियां दे विच खाण पीण दा समान रख के जकारा लाउंदे होए केंद्र सरकार दे विरुद्ध नारेबाजी करदिया होया एक काफले दे रूप विच किसानी दिल्ली जित्तण दे मकसद दे नाल रवाना होए। इस दौरान औरतां ते बच्चां ने भी इस किसानी संघर्ष विच हिस्सा लैंदे होए अपने परिवारिक मैंबरां नूं किसानी संघर्ष विच जाण लई अलविदा कहा अते केंद्र सरकार दे विरुद्ध जम के भड़ास कढ़ी। काफले दी अगवाई करदिया होया 96 करोड़ी बाबा बुड्ढा दे वल्लों थापे गए गुरद्वारा निरमोहगढ़ साहिब दे मुखी बाबा मलूक सिंह लाडी ने दस्सिया कि दिल्ली विखे किसानी संघर्ष नूं होर तिखा करन दे इरादे नाल संगतां दे सहयोग नाल जत्था दिल्ली लई रवाना कीता गया है। शांतमई ढंग नाल केंद्र सरकार खिलाफ रोस प्रगट करते हुए किसानी बिल नूं रद्द करवाउण दे मकसद नाल गुरुद्वारा साहिब विखे अरदास करके काफले नूं दिल्ली वल कूच किया गया। उन्हां वल्लों काफले दे नाल जा रहे ट्रैक्टर ट्रालियां दे विच डीजल करवाया गया अते संगतां दे सहयोग नाल खाण पीण दा समान अते होर जरूरी वस्तां नाल रखियां गईयां। उन्हां ने उम्मीद जताई है कि जल्द ही केंद्र सरकार अपना फैसला वापस लवेगी अते कानून नूं रद्द किया जाएगा। उन्हां ने कहा कि खालसे दी फौज ने हमेशा जबर ते जुलम दा विरोध कीता है। पिछला समय से जदो मुगलां ने पंजाब दी धरती नूं हड़पन दी कोशिश कीती सी परंतु सिंघां वल्लों मुंह तोड़ जवाब मिलन तों बाद मुगल समाज दा नामो निशान मिट गया। इक ओह औरंगजेब सी जिस तों सारी प्रजा दुखी सी अते अज दे समाज दे विच प्रधानमंत्री नरेंद्र मोदी उसे राह ते चल रहा है पर गुरुद्वारा साहिब दे चलाए हुए रस्तिया ते चलदे हुए हर एक सिंह परेशानी नूं हस के चल रहे हन। कड़क दी ठंड है पर संघर्ष दिन पर दिन वधदा ही जा रहा है। ਉਹ ਦਿਨ ਦੂਰ ਨਹੀਂ ਜਦੋਂ ਕੇਂਦਰ ਸਰਕਾਰ ਆਪਣੇ ਫੈਸਲੇ ਨੂੰ ਵਾਪਸ ਲਵੇਗੀ। ਫਤਿਹ ਬੁਲਾਵਾਂਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਿਹੜਾ ਆਪਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬੁੰਗਾ ਸਾਹਿਬ ਇਲਾਕੇ ਦਾ ਜਿਹੜਾ ਇਹ ਜਥਾ ਰਵਾਨਾ ਹੋ ਰਿਹਾ, ਇਲਾਕੇ ਵੱਲੋਂ ਗੁਰਦੁਆਰਾ ਨਿਰਮੋਹਗੜ੍ਹ ਸਾਹਿਬ ਵਿਖੇ ਅਰਦਾਸ ਬੇਨਤੀ ਕਰਕੇ ਰਵਾਨਾ ਹੋ ਰਿਹਾ ਅਤੇ ਜਿਹੜੀ ਇਹਦੀ ਤੇਲ ਦੀ ਸੇਵਾ ਉਹ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਇਹ ਗੁਰਦੁਆਰਾ ਅਤੇ ਦਾਸ ਤੇਲ ਦੀ ਸੇਵਾ ਕਰ ਰਿਹਾ ਟਰੈਕਟਰਾਂ ਦੇ ਵਿੱਚ, ਗੱਡੀਆਂ ਦੇ ਵਿੱਚ ਜਿਹੜਾ ਇੱਥੋਂ ਜਾ ਰਿਹਾ ਅੱਜ ਕਾਫਲਾ। ਅਤੇ ਇਹ ਜਿਹੜਾ ਕਾਫਲਾ ਹੈ ਇਹ ਦਿੱਲੀ ਪਹੁੰਚਣਾ ਹੈ। ਦਿੱਲੀ ਜਾ ਕੇ ਅਸੀਂ ਜਿੱਥੇ ਸਾਡੇ ਵੀਰ ਮਾਤਾਵਾਂ ਉੱਥੇ ਸੰਘਰਸ਼ ਦੇ ਵਿੱਚ ਬੈਠੇ ਨੇ ਸ਼ਾਂਤਮਈ, ਅਸੀਂ ਵੀ ਉਸੇ ਤਰ੍ਹਾਂ ਸ਼ਾਂਤਮਈ ਬੇਨਤੀ ਕਰਦੇ ਹਾਂ ਮੋਦੀ ਸਰਕਾਰ ਨੂੰ, ਸੈਂਟਰ ਸਰਕਾਰ ਨੂੰ, ਵੀ ਇਹ ਜਿਹੜਾ ਕਾਲਾ ਕਾਨੂੰਨ ਇਹਨੂੰ ਵਾਪਸ ਲੈ ਕੇ ਰੱਦ ਕੀਤਾ ਜਾਵੇ ਅਤੇ ਜਿੰਨੀ ਵੀ ਸੰਗਤ ਹੈ ਸਾਰੀ ਆਪੋ ਆਪਣੇ ਕਿਸਾਨ ਵੀਰ ਆਪੋ ਆਪਣੇ ਘਰਾਂ ਦੇ ਵਿੱਚ ਆਣ ਕੇ ਆਪਣੇ ਬੱਚਿਆਂ ਦੇ ਕੋਲ ਰਹਿ ਸਕਣ। ਸੋ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਇਹ ਜਿਹੜਾ ਮੋਰਚਾ ਇਹ ਬੜੇ ਹੀ ਪਿਆਰ ਔਰ ਸਤਿਕਾਰ ਦੇ ਨਾਲ ਜਿੱਤਣਾ ਹੈ। ਬਾਬਾ ਜੀ, ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ ਜਿੱਥੇ ਸੰਗਤ ਆਪਣੇ ਬੱਚਿਆਂ ਨਾਲ ਪਹਿਲਾਂ ਘਰੇ ਬੈਠਦੀ ਸੀ, ਹੁਣ ਜਿਵੇਂ ਰੋਡ 'ਤੇ ਠੰਡ ਦੇ ਵਿੱਚ ਸੰਗਤ ਨੂੰ ਜਾਣਾ ਪੈ ਰਿਹਾ, ਕਿੰਨਾ ਕੁ ਗਲਤ ਲੱਗ ਰਿਹਾ? ਦੇਖੋ, ਵੈਸੇ ਤਾਂ ਸਮਾਂ ਉਹ ਚੱਲ ਰਿਹਾ ਇਸ ਸਮੇਂ ਦੇ ਵਿੱਚ ਸਾਨੂੰ ਆਣ ਕੇ ਇੱਕ ਤਾਂ ਤੰਗੀ ਤਾਂ ਨਹੀਂ ਹੁੰਦੀ ਠੰਡ ਦੀ ਵਿੱਚ, ਸਰਕਾਰਾਂ ਭੁੱਲ ਜਾਣ, ਅਸੀਂ ਇਹ ਸਹਿ ਲਈਆਂ ਨੇ ਪਹਿਲਾਂ ਕਿਉਂਕਿ ਸਰਸਾ ਪਾਰ ਕੀਤੀ, ਉਹੀ ਇਹ ਦਿਨ ਚੱਲ ਰਹੇ ਨੇ ਅਤੇ ਸਾਡੇ ਨਾਲ ਉਦੋਂ ਵੀ ਹਕੂਮਤ ਨੇ ਬੜਾ ਕੁਛ ਕੀਤਾ ਸੀ ਪਰ ਅਸੀਂ ਮੋਦੀ ਸਰਕਾਰ ਨੂੰ ਕਹਿੰਦੇ ਹਾਂ ਵੀ ਤੂੰ ਰੰਗਜੇਬ ਵਰਗਾ ਨਾ ਬਣੀ ਅਤੇ ਤੂੰ ਇਹ ਫੈਸਲੇ ਸਹੀ ਕਰ, ਇਹ ਪਰਜਾ ਜਿਹੜੀ ਹੈ ਤੇਰੀ ਇਹ ਸੁਖੀ ਵਸੇ ਅਤੇ ਤੂੰ ਪਰਜਾ ਦੇ ਉੱਪਰ ਰਾਜ ਵੀ ਜਿਹੜਾ ਤੈਨੂੰ ਲੈਣ ਦੀ ਵੋਟਾਂ ਨਾ ਨਾ ਲੋੜ ਪਏ ਪਰਜਾ ਤੈਨੂੰ ਐਂ ਹੀ ਰਾਜ ਦੇ ਦਿਆ ਕਰੇ ਇੱਦਾਂ ਦਾ ਰਾਜ ਕਰ। ਸੋ ਇੱਦਾਂ ਦਾ ਰਾਜ ਨਾ ਕਰ ਵੀ ਕਿਸੇ ਦਾ ਆਪਾਂ ਦਿਲ ਦਿਖਾਈਏ। ਪਿੰਡ ਨਿਰਮੋਹਗੜ੍ਹ ਸਾਹਿਬ ਬੁੰਗਾ ਸਾਹਿਬ ਤੋਂ ਰਵਾਨਾ ਹੋ ਰਹੇ ਹਾਂ ਅਤੇ ਆਪਣਾ 10-12 ਟਰੈਕਟਰ ਅਤੇ ਛੋਟੀਆਂ ਗੱਡੀਆਂ ਲਗਭਗ 100-150 ਦੇ ਲਗਭਗ ਸਾਡਾ ਕਾਫਲਾ ਦਿੱਲੀ ਲਈ ਰਵਾਨਾ ਹੋ ਰਿਹਾ ਹੈ ਜੋ ਕਿ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਰੱਦ ਕਰਾਉਣ ਲਈ ਨਿਰਮੋਹਗੜ੍ਹ ਸਾਹਿਬ ਬੁੰਗਾ ਸਾਹਿਬ ਤੋਂ ਇਹ ਕਾਫਲਾ ਰਵਾਨਾ ਹੋਏਗਾ ਅਤੇ ਆਪਣਾ ਦਿੱਲੀ ਵਿੱਚ ਜਾ ਕੇ ਮੋਦੀ ਸਰਕਾਰ ਦਾ ਵਿਰੋਧ ਕਰੇਗਾ। ਪ੍ਰਾਈਮ ਮੁੱਦੇ ਲਈ ਕੀਰਤਪੁਰ ਸਾਹਿਬ ਤੋਂ ਮਨਿੰਦਰ ਦਵੇਦੀ ਦੀ ਰਿਪੋਰਟ।